ਪੀਰੀਅਡ ਤਾਂ ਕਲਾਸਾਂ ਲੱਗਣੀਆਂ, ਫਿਰ ਨਾ ਉਸ ਕਲਾਸ ਦੀ ਕੁੜੀਆਂ ਨੇ ਸਾਰੀ ਨਾ ਪਲਾਨ ਬਣਾਇਆ ਨਾ, ਹਮ ਨਾ ਸਾਰੀ ਨਾ ਬੈਕ ਸਾਈਡ 'ਤੇ ਰੱਖ ਦੇਂਗੇ, ਐਸੇ ਕਰੇਂਗੇ ਐਸੇ ਕਰੇਂਗੇ, ਵਿੱਚੋਂ ਜਾ ਕੇ ਡੈਕੋਰੇਸ਼ਨ ਵਾਲਾ ਸਮਾਨ ਬੜਾ ਤੋੜਿਆ ਉੱਥੇ ਤਾਂ ਬਾਈ, ਜੱਦਾਂ ਰਿਬਨ ਕਟਾਰੀ ਜਿਵੇਂ ਵਿਆਹ ਠੀਕ ਹੈ, ਅਤੇ ਨਾ ਉਹਨਾਂ ਨੇ ਰਿਬਨ ਕਟਾਉਣਾ ਹੋਵੇ ਜਿਵੇਂ, ਚਲੋ ਇੱਕ ਵਾਰੀ ਰਿਬਨ ਕਟਾਉਣਾ, ਜੱਦਾਂ ਬਾਈ ਕਾਜੂ ਕਤਲੀ ਤਾਂ ਡੱਬਾ ਲੈ ਕੇ ਗਿਆ ਮੇਰੀ ਕਲਾਸ ਦੀ ਕੁੜੀਆਂ, ਠੀਕ ਹੈ ਯਾਰ, ਉਹ ਅਸੀਂ ਕਾਜੂ ਕਤਲੀਆਂ ਖਾ ਲਈਆਂ, ਬਾਅਦ ਡੱਬਾ ਲੱਪੀ ਜਾਂਦੀ ਆ ਕਲਾਸ 'ਚ, ਕਾਜੂ ਕਤਲੀ ਕਿੱਥੇ ਗਈ, ਅਤੇ ਉਸ ਤੋਂ ਬਾਅਦ ਫਿਰ ਕੰਟੀਨ ਤੋਂ ਜਾ ਕੇ ਚੌਕਲੇਟਾਂ ਨੱਬੇ ਪੈਕਟ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਦਾ ਪੋਡਕਾਸਟ, ਹੋਪ ਕਰਦੇ ਤੁਸੀਂ ਸਭ ਵਧੀਆ ਹੋਣਗੇ, ਆਪਾਂ ਵੀ ਬਹੁਤ ਵਧੀਆ, ਅਤੇ ਅੱਜ ਫਿਰ ਆਪਣੇ ਨਾਲ ਹੀ ਇੱਕ ਮੇਰਾ ਭਰਾ ਬੇਇੱਜ਼ਤੀ ਕਰਨ ਲੱਗਾ ਸੀ, ਮੇਰੇ ਆਦਾ ਪੋਡਕਾਸਟ ਆ ਨਹੀਂ, ਹਾਂਜੀ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ, ਸਾਡੇ ਦੋਨਾਂ ਵੱਲੋਂ ਅਤੇ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ 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 ਮੁਬਾਰਕਾਂ, ਸਾਡੇ ਦੀਵਾਲੀ ਹੋ ਰਹੇ ਕਨੇਡਾ 'ਚ, ਅਤੇ ਅਸੀਂ ਤਿੰਨ ਭਰਾ ਬੈਠੇ ਤੁਹਾਨੂੰ ਵਧਾਈ ਦੇ ਰਹੇ, ਦੀਵਾਲੀ ਦੇ ਤੀਜਾ ਭਰਾ ਸਾਡਾ ਇਹ ਆ ਸਿੱਧੂ ਬਾਈ, ਸਾਰੀ ਜਾਰੀ ਉਹੀ, ਅਤੇ ਅਸੀਂ ਹੁਣੇ ਸਾਰਾ ਸੈਟਅਪ ਕੀਤਾ, ਸੈਟਅਪ ਕੀਤਾ ਅਤੇ ਸਾਡਾ ਦਿਲ ਸੀਗਾ ਮੈਂ ਅਸੀਂ ਸਾਰੀ ਵੋਲ ਇੱਦਾਂ ਕਰਨੀ ਆ, ਹੌਲੀ ਹੌਲੀ ਅਸੀਂ ਚੇਂਜ ਕਰਾਂਗੇ, ਬਾਕੀ ਦਿਲ 'ਚ ਤਾਂ ਬਾਈ ਹਮੇਸ਼ਾ ਹੈਗਾ ਹੀ ਆ, ਇਹ ਤਾਂ ਚਲੋ ਡਿਸਪਲੇ ਆ, ਬਾਕੀ ਵੇਖ ਕੇ ਮੋਟੀਵੇਸ਼ਨ ਮਿਲੇ ਤਾਂ ਅਸੀਂ ਲਾਇਆ, ਅਤੇ ਬਾਕੀ ਉਹਨੇ ਬਾਈ ਦਾ ਗਾਣਾ ਵੀ ਆਇਆ ਕੱਲ੍ਹ ਰਾਤੀ ਵਾਚ ਆਊਟ, ਅਸੀਂ ਕੱਲ੍ਹ ਰਾਤੀ ਵਾਧੂ ਚੀਕਾਂ ਬਾਰੇ, ਪਹਿਲਾਂ ਗਾਣੇ ਬਾਰੇ ਗੱਲ ਹੋ ਜੇ, ਵੈਸੇ ਲੋਕ ਯਾਰ ਮੈਂ ਤਾਂ ਨਹੀਂ, ਅਸੀਂ ਪਹਿਲਾਂ ਸਪੈਸ਼ਲ ਪੋਡਕਾਸਟ ਗਾਣੇ ਬਾਰੇ ਬਣਾਉਣਾ ਸੀ, ਮੀਨਜ਼ ਉੱਦਾਂ ਹੀ ਗੱਲਾਂ ਜਿਹੀਆਂ ਕਰਦੇ ਰੇਡੀਓ ਟਾਈਪਸ ਰਿਐਕਸ਼ਨ, ਬਟ ਫਿਰ ਮੈਂ ਕਿਹਾ ਲੋਕ ਕਹਿਣਗੇ ਤੁਸੀਂ ਇਹ ਕਰਦੇ ਹੋ ਉਹ ਕਰਦੇ ਹੋ, ਸਾਨੂੰ ਫਰਕ ਨਹੀਂ ਪੈਂਦਾ, ਠੀਕ ਹੈ ਅਸੀਂ ਬਾਈ ਦੇ ਫੈਨ ਹੈਗੇ, ਅਸੀਂ ਪਹਿਲਾਂ ਦੇਖਿਆ ਵੀ ਆ, ਠੀਕ ਹੈ ਬਾਈ ਨੂੰ ਸੋ ਹਾਈ ਗਾਣੇ ਤੋਂ ਵੀ ਸੁਣਦੇ ਆ ਰਹੇ ਹਾਂ, ਠੀਕ ਹੈ, ਅਤੇ ਜੇ ਇੰਨਾ ਪਿਆਰ ਆ ਤਾਂ ਅਸੀਂ ਸਪੋਰਟ ਵੀ ਖੁੱਲ੍ਹੀ ਕਰਦੇ ਹਾਂ, ਠੀਕ ਹੈ, ਅਤੇ ਉਹ ਜੇ ਬਾਈ ਦੇ ਗਾਣੇ ਬਾਰੇ ਗੱਲ, ਗਾਣਾ ਕਿੱਦਾਂ ਕਿਹਾ, ਬਹੁਤ ਸੋਹਣਾ ਬਾਈ, ਮੈਂ ਇਸ ਗਾਣੇ ਦੀ ਐਕਚੁਅਲ 'ਚ ਨਾ ਵੇਟ ਕਰ ਰਿਹਾ ਸੀ, ਮੈਂ ਇਹ ਗਾਣਾ ਲਾਸਟ ਈਅਰ ਲੀਕ ਹੋਇਆ ਸੀ ਜਦ ਮੈਂ ਇੰਡੀਆ ਸੀ ਨਾ 2022 'ਚ, ਅਤੇ ਮੈਨੂੰ ਯਾਦ ਆਉਂਦਾ ਇਹ ਗਾਣਾ ਉਦੋਂ ਲੀਕ ਹੋਇਆ ਸੀ, ਅਤੇ ਐਸ ਪਰ ਫੈਮਿਲੀ ਗਾਈਡਲਾਈਨਸ, ਜੇ ਫੈਮਿਲੀ ਕਹਿੰਦੇ ਰਹੇ ਸਿੱਧੂ ਵੀਰੇ ਦੀ ਕਿ ਬਈ ਲੀਕ ਗਾਣੇ ਨਾ ਸੁਣਿਆ ਪਿਆ, ਉਦੋਂ ਮੈਂ ਕਿਤੇ ਵੀ ਇਸ ਗਾਣੇ ਦੀ ਕੋਈ ਵੀਡੀਓ ਕੋਈ ਸਨੈਪਚੈਟ ਕੁਛ ਨਹੀਂ ਪਾਉਂਦੇ, ਤਾਂ ਮੈਂ ਵੇਟ ਕਰਦਾ ਸੀ ਕਿ ਇਹ ਗਾਣਾ ਰਿਲੀਜ਼ ਹੋ ਜੇ ਤਾਂ ਮੈਂ ਪਾਉਂਗਾ, ਮੇਰੇ ਕੋਲ ਤਾਂ ਧੱਕ ਬਹੁਤ ਪਸੰਦ ਆਇਆ ਗਾਣਾ, ਅਤੇ ਵਧੀਆ ਗਾਣਾ ਘੈਂਟ ਆ, ਗੁੱਡ ਅੱਛਾ ਆ ਗਾਣਾ, ਜਦੋਂ ਰਿਲੀਜ਼ ਹੋਣ ਵਾਲਾ ਸੀ ਉਸ ਤੋਂ ਪਹਿਲਾਂ ਡਿਬੇਟ ਜੀ ਕਰ ਰਹੇ, ਸਾਡਾ ਦਿਲ ਸੀਗਾ ਜਿਸ ਦਿਨ ਮੌਚ ਆਊਟ ਦਾ ਪੋਸਟਰ ਆਇਆ, ਅਸੀਂ ਜਿਮ 'ਚ ਸੀਗੇ, ਅਤੇ ਮੈਨੂੰ ਨਾ ਬਾਈ ਬਾਈ ਮੈਂ ਕਿਹਾ ਬਾਈ ਨੇ ਬਾਈ ਦੀ ਆਈਡੀ 'ਤੇ ਨਾ ਪੋਸਟਰ ਸ਼ੇਅਰ ਹੋਇਆ, ਮੈਂ ਇੰਸਟਾਗ੍ਰਾਮ ਖੋਲ੍ਹਿਆ ਸਾਹਮਣੇ ਲਿਖਿਆ ਵਾਚ ਆਊਟ, ਅਸੀਂ ਇਹ ਜਿਮ 'ਚ ਐਕਸਰਸਾਈਜ਼, ਮੈਂ ਐਕਸਰਸਾਈਜ਼ ਖੜਾ ਕਰਨਾ ਵਾ, ਗਾਣਾ ਆ ਰਿਹਾ ਅਸੀਂ ਚੀਕਾਂ ਮਾਰੀਆਂ, ਫਿਰ ਕੱਲ੍ਹ ਜਦੋਂ ਗਾਣਾ ਰਿਲੀਜ਼ ਹੋਣ ਲੱਗਾ ਨਾ, ਅਸੀਂ 3 ਮਿੰਟ ਪਹਿਲਾਂ ਕਾਰ 'ਚ ਸੀਗੇ, ਮੀਨਸ 11:30 ਆਉਣਾ ਸੀ, ਇੰਡੀਆ 'ਚ 12 ਵਜੇ ਆਉਣਾ ਸੀ, ਅਤੇ ਅਸੀਂ ਕਾਰ 'ਚ ਬੈਠੇ ਡਿਬੇਟ ਕਰੇ ਕਿਹੜਾ ਗਾਣਾ ਆਊਗਾ, ਫਿਰ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਸੀਗਾ ਮੀਨਸ ਐਲਾਨ ਗਾਣਾ ਹੋ ਸਕਦਾ, ਅਤੇ ਜਦੋਂ ਗਾਣਾ ਸਟਾਰਟ ਹੋਇਆ ਮੀਨਸ ਅਸੀਂ 3-2-1 ਪ੍ਰੀਮੀਅਰ ਦੇਖ ਰਹੇ, ਗੱਡੀ ਚਲਾ ਰਹੇ ਸੀ ਬਾਈ, ਅਤੇ 3-2-1 ਜਦੋਂ ਟਿਊਨ ਹਲਕੀ ਬਸ ਬੀਟ ਡਰੋਪ ਹੋਈ, ਚੀਕਾਂ ਬਾਈ ਬਾਈ ਅਸੀਂ ਸਨਰੂਫ ਖੋਲ੍ਹ ਕੇ ਚੀਕਾਂ ਮਾਰੀਆਂ ਪਹਿਲਾਂ, ਵਧੀਆ ਲੱਗਿਆ ਸਾਨੂੰ ਗਾਣਾ, ਬਹੁਤ ਪਸੰਦ ਆਇਆ ਸਿੱਧੂ ਬਾਈ ਨੂੰ, ਬਹੁਤ ਪਿਆਰ ਕਰਦੇ ਗਾਣਾ, ਕੋਈ ਵੀ ਹੁੰਦਾ ਸਾਨੂੰ ਪਸੰਦ ਆ ਹੀ ਜਾਣਾ ਸੀ, ਕਿਉਂਕਿ ਬਾਈ ਦੇ ਸ਼ੁਰੂ ਤੋਂ ਹੀ ਗਾਣੇ, ਹਰ ਗਾਣਾ ਪਸੰਦ ਆਉਂਦਾ, ਕੋਈ ਇੱਦਾਂ ਦਾ ਗਾਣਾ ਹੀ ਨਹੀਂ ਗਾ ਜਿਹਨੂੰ ਅਸੀਂ ਦੇਈਏ, ਹਾਂ ਅਤੇ ਸਾਨੂੰ ਇਹ ਗਾਣਾ ਬਹੁਤ ਜ਼ਿਆਦਾ ਪਸੰਦ, ਹਮੇਸ਼ਾ ਹੀ ਸਾਰੇ ਗਾਣੇ ਸਾਨੂੰ ਸੋਹਣੇ ਲੱਗਦੇ ਆ ਬਾਈ ਦੇ, ਬਾਕੀ ਲਵ ਯੂ ਸਿੱਧੂ ਬਾਈ, ਬਾਕੀ ਦਿਲ ਹੱਥ ਹੈਗਾ ਬਾਈ ਆਪਣੇ, ਅਤੇ ਅੱਜ ਆਪਾਂ ਗੱਲ ਕਰਦੇ ਹਾਂ ਦਿਵਾਲੀ ਤਿਉਹਾਰਾਂ ਬਾਰੇ, ਮੀਨਸ ਕੈਨੇਡਾ 'ਚ ਅਸੀਂ ਲੋਕ ਕਹਿੰਦੇ ਦਿਵਾਲੀ ਮਨਾਈ ਆ ਕਿ ਨਹੀਂ, ਮੈਨੂੰ ਬੜੇ ਲੋਕਾਂ ਦੇ ਫੋਨ ਆ ਰਹੇ ਦਿਵਾਲੀ ਕਿਵੇਂ ਰਹੀ, ਦੱਸ ਪਹਿਲਾਂ ਤਾਂ ਤੂੰ ਦੱਸ, ਤੈਨੂੰ ਕੋਈ ਸਵਾਲ ਕਰੇ ਤਾਂ ਦਿਵਾਲੀ ਕਿੱਦਾਂ ਰਹੀ, ਦਿਵਾਲੀ ਬਾਈ ਆ ਦੇਖ ਲਓ ਗੱਲ ਇਹ ਹੈ ਕਿ ਮੈਂ 6 ਸਾਲ ਹੋ ਗਏ ਮੈਨੂੰ ਪੂਰਾ ਇਹਨੂੰ 6-7 ਸਾਲ 6 ਸਾਲਾਂ 'ਚ ਮੈਂ ਪਹਿਲੀ ਵਾਰੀ ਦਿਵਾਲੀ ਦਾ ਮੈਨੂੰ ਛੁੱਟੀ ਮਿਲੀ ਸੀ ਕੰਮ ਤੋਂ, ਉਹ ਵੀ ਤਾਂ ਲਿੱਤੀ ਵੀ ਮੈਂ ਇੱਥੇ ਸੀਗਾ ਨਹੀਂ ਤਾਂ, ਨਹੀਂ ਤਾਂ ਮੈਂ ਤਾਂ ਕੰਮ 'ਤੇ ਚੱਲ ਜਾਂਦਾ, ਅਤੇ ਉਰੇ ਦੀ ਦਿਵਾਲੀ ਇਹ ਹੁੰਦੀ ਹੈ ਜੀ ਵੀ ਛੁੱਟੀ ਉਹ ਮੈਂ ਤਾਂ ਪਹਿਲੀ ਵਾਰੀ ਮਿਲੀ ਹੈ, ਅਤੇ ਹੁਣ ਇਸ ਤੋਂ ਬਾਅਦ ਅਸੀਂ ਸੋਚਿਆ ਗੁਰਦੁਆਰੇ ਮੱਥਾ ਟੇਕ ਆਵਾਂਗੇ, ਫਿਰ ਅਸੀਂ ਆਪਦੇ ਦੋਸਤ ਘਰ ਚੱਲ ਜਾਣਾ, ਉੱਥੇ ਬੈਠੇ ਹੋਵਾਂਗੇ, ਪੂਰੇ ਪਟਾਕੇ ਚਲਾਉਣ ਲਈ ਲਾਈਸੈਂਸ ਵਗੈਰਾ ਲੈਣਾ ਪੈਂਦਾ, ਓਕੇ, ਅਤੇ ਉਹ ਤਾਂ ਫਿਰ ਆਪਾਂ ਨਹੀਂ ਲਿੱਤਾ ਰਿਹਾ ਤੈਨੂੰ ਕਹਾਂ, ਅਤੇ ਦੂਜੀ ਗੱਲ ਇਹ ਹੈ ਬਈ ਪੂਰੇ ਦੀ ਦਿਵਾਲੀ ਆ ਤਿਉਹਾਰ ਇੱਦਾਂ ਦੀ ਹੁੰਦੇ ਨੇ, ਗੁਰਦੁਆਰੇ ਮੱਥਾ ਟੇਕ ਆ ਉੱਥੇ ਥੋੜ੍ਹਾ ਬਹੁਤ ਹੁੰਦਾ ਜਿਹੜਾ ਸੈਲੀਬ੍ਰੇਟ ਉਹ ਦੇਣ ਲਈ ਦਾ, ਉਰੇ ਪਟਾਕੇ ਤਾਂ ਚਲਾ ਨਹੀਂ ਸਕਦੇ ਹੁਣ, ਇਸ ਕਰਕੇ ਕੀ ਪਟਾਕੇ ਚਲਾਵਾਂਗੇ, ਪੁਲਿਸ ਨੇ ਆ ਕੇ ਸਾਡੇ ਪਟਾਕੇ ਚਲਾ ਦੇਣੇ ਬਈ, ਪੁਲਿਸ ਨੇ ਹੈਲੋਵੀਨ ਦੇ ਬੜੇ ਲੋਕ ਚੱਕਿਆ, ਅੱਛਾ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ, ਮੈਂ ਬਰੈਂਪਟਨ ਸਰੀ ਵਗੈਰਾ ਦੀ ਵੀਡੀਓ, ਬਰੈਂਪਟਨ ਦੇ ਕਿਸੇ ਪਲਾਜ਼ੇ ਦੀ ਵੀਡੀਓ ਸੀਗੀ, ਅੱਛਾ ਉੱਥੇ ਲਾਈਕ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਬਹੁਤ ਪੰਜਾਬੀਆਂ ਨੂੰ ਬਹੁਤ ਲੋਕਾਂ ਨੂੰ ਅਰੈਸਟ ਕੀਤਾ, ਮੈਂ ਗੱਲ ਪੰਜਾਬੀ ਨਹੀਂ ਕਹਿੰਦਾ,
ਬਟ ਬਹੁਤ ਲੋਕਾਂ ਨੂੰ ਅਰੈਸਟ ਕੀਤਾ ਕਈ ਹੁਣ ਤੈਨੂੰ ਪਤਾ ਮੀਨਸ ਕਈ ਕਰ ਦਿੰਦੇ ਆ ਸ਼ਰਾਰਤੀ ਅਨਸਰ ਜਿਹੜੇ ਹੁੰਦੇ ਆ ਬਈ ਨਾ ਕਰਿਆ ਕਰੋ ਯਾਰ ਆਪਣਾ ਨਾ ਹੱਥ ਕਾ ਦਿੰਦਾ ਇਹਨੂੰ ਫਾਲਤੂ ਦੇ ਵਿੱਚ ਗੁਣ ਕਰਕੇ ਕੰਮ ਨਾ ਬਾਕੀ ਯਾਰ ਆਪਣਾ ਕੀ ਆਪਣਾ ਇਹ ਹਿਸਾਬ ਆਪਾਂ ਐਸ਼ ਕਰਦੇ ਸ਼ੁਰੂ ਤੋਂ ਇੰਡੀਆ 'ਚ ਤਾਂ ਇਹ ਕਰਦੇ ਹੀ ਰਹਿੰਦੇ ਸੀਗੇ ਬਸ ਇੱਥੇ ਥੋੜ੍ਹਾ ਸਟ੍ਰਿਕਟ ਰੂਲਸ ਨੇ ਆਪਣੇ ਵਾਲੇ ਕੋਈ ਕਿਸੇ ਨੂੰ ਫਰਟ ਨਹੀਂ ਕਰਨਾ ਚਾਹੁੰਦੇ ਗੱਲ ਇਹ ਆ ਬਟ ਇਹ ਬਸ ਇੱਥੇ ਥੋੜ੍ਹੇ ਰੂਲਸ ਸਟ੍ਰਿਕਟ ਨੇ ਜਿੱਥੇ ਆਪਣੇ ਨੇ ਆਪਾਂ ਨੂੰ ਉੱਦਾਂ ਦੇ ਰੂਲਸ ਮੰਨਣੇ ਪੈਂਦੇ ਜੀ ਬਿਲਕੁਲ ਬਿਲਕੁਲ ਸਾਡੇ ਦਿਵਾਲੀ ਅਸੀਂ ਮੈਂ ਤਾਂ ਇੰਡੀਆ ਸੋਚਦੇ ਮੈਂ ਕਿਹਾ ਦਿਵਾਲੀ 'ਤੇ ਘੁੰਮਣ ਘਾਮਣ ਤਿਆਰ ਕਰਾਂਗੇ ਦੋਸਤਾਂ ਨਾਲ ਜੇ ਵੋ ਪਟਾਕੇ ਪਟੂਕੇ ਮੈਂ ਇਹਨੂੰ ਇੰਡੀਆ 'ਚ ਕਹਿੰਦਾ ਹੁੰਦਾ ਸੀਗਾ ਮੈਂ ਕਿਹਾ ਯਾਰ ਪਟਾਕੇ ਚਲਾਇਆ ਕਰ ਮੰਮੀ ਹੋਰ ਰਹਿੰਦਾ ਵੀ ਅੱਜ ਫੋਨ ਆਇਆ ਅਤੇ ਕਹਿੰਦੇ ਪਟਾਕੇ ਪਟੂਕੇ ਚਲਾ ਦੇ ਮੈਂ ਪਟਾਕੇ ਚਲਾਈਏ ਬੰਦਾ ਸਮਝਾ ਬਿਕੋਜ਼ ਜਦ ਉਹੀ ਗੱਲ ਆ ਨਾ ਇੱਕ ਨਾ ਬੜੇ ਪਹਿਲਾਂ ਇੱਕ ਕਹਾਣੀ ਸੁਣੀ ਸੀ ਉਹ ਕਹਿੰਦਾ ਬਈ ਐਸ਼ ਤਾਂ ਫਾਦਰ ਦੇ ਪੈਸੇ ਤਾਂ ਹੁੰਦੀਆਂ ਆਪਦੇ ਆਪਦੇ ਪੈਸਿਆਂ ਨਾਲ ਤਾਂ ਸਿਰਫ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਹੁਣ ਉਹ ਵੀ ਚੀਜ਼ ਹੈ ਕਿ ਵੀ ਜੇ ਕਮਾਈ ਦਾ ਫਿਰ ਛੱਡ ਯਾਰ ਕੀ ਲਾਣੇ ਪੈਸਿਆਂ ਨੂੰ ਅੱਗੇ ਹਾਰਡ ਲਿਖਿਆ ਉਹ ਪਟਾਕੇ ਜਾ ਕੇ ਤਾਂ ਨੇ ਲੈ ਕੇ ਆਪਦੇ ਪੈਸਿਆਂ ਦੇ ਪਟਾਕੇ ਲਗਾ ਦਿਲ ਜਾ ਕਰਨਾ ਅਰੇ ਉਹ ਇੱਕੋ ਗੱਲ ਤੂੰ ਚਲਾ ਹੀ ਦੇਖ ਲਾ ਮੈਂ ਠਾ ਹੀ ਸਕੰਨੀ ਹੈ ਸਹੀ ਗੱਲ ਆ ਬਟ ਚਲੋ ਨਹੀਂ ਯਾਰ ਬਾਕੀ ਤਿਉਹਾਰ ਵਧੀਆ ਅਸੀਂ ਗੁਰਦੁਆਰੇ ਮੱਥੇ ਟੇਕਾਂਗੇ ਔਰ ਉਸ ਉੱਤੇ ਦਾ ਕੀ ਹਫ਼ਤਾ ਕਿਹਾ ਮੈਂ ਤਾਂ ਅੱਗੇ ਸੋਚਦਾ ਸੀ ਕਿ ਜਿਵੇਂ ਉਰੇ ਦੀ ਦੀਵਾਲੀ ਤਾਂ ਇੰਡੀਆ ਦੀ ਦੀਵਾਲੀ 'ਚ ਕਿੰਨਾ ਫ਼ਰਕ ਹੈ ਬਹੁਤ ਇੰਡੀਆ ਜਿਵੇਂ ਹੁਣ ਉਰੇ ਗੱਲ ਉਹ ਵੀ ਹੈ ਨਾ ਉਰੇ ਇੰਨੇ ਲੋਕ ਸੈਲੀਬ੍ਰੇਟ ਵੀ ਨਹੀਂ ਕਰਦੇ ਇਸ ਚੀਜ਼ ਨੂੰ ਰਾਈਟ ਆਪਣੀ ਕਮਿਊਨਿਟੀ ਕਰਦੀ ਆ ਹੁਣ ਇਸ ਕੰਟਰੀ 'ਚ ਹੋਰ ਹੀ ਬਹੁਤ ਲੋਕ ਰਹਿੰਦੇ ਨੇ ਆਪਣੇ ਸ਼ਹਿਰ 'ਚ ਕਿੰਨੀ ਹੋਰ ਕਮਿਊਨਿਟੀਜ਼ ਵੀ ਰਹਿੰਦੀਆਂ ਆਪਣੇ ਪੜੋਸ 'ਚ ਗੋਰੇ ਰਹਿੰਦੇ ਨੇ ਰਾਈਟ ਹੁਣ ਗੋਰਿਆਂ ਦਾ ਥੋੜ੍ਹੀ ਬਹੁਤ ਦੀਵਾਲੀ ਦਾ ਇੰਡੀਆ ਤਾਂ ਬਈ ਅਸੀਂ ਅੱਗੇ ਸੋਚਦੇ ਸਵੇਰੇ ਮੈਂ ਉੱਠ ਕੇ ਸਵੇਰੇ ਉੱਠਣਾ ਵੀ ਜਲਦੀ ਦੀਵਾਲੀ ਵਾਲੇ ਦਿਨ ਉੱਠਦਿਆਂ ਸਾਰੀ ਪਟਾਕੇ ਲਾਇਆ ਉਹਨੇ ਬਸ ਇੱਕ ਦਿਨ ਪਹਿਲਾਂ ਬਾਬਾ ਨੇ ਪਟਾਕੇ ਲਾਏ ਦੇ ਨੇ ਉਹ ਬਸ ਉੱਠਦਿਆਂ ਸਾਰੀ ਠਾ 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 ਚੱਲੀ ਜਾਂਦੀ ਨਹੀਂ ਇੱਦਾਂ ਨਹੀਂ ਪਹਿਲਾਂ ਹੁੰਦਾ ਸੀਗਾ ਹਫ਼ਤੇ ਪਹਿਲਾਂ ਸਾਡੇ ਪਟਾਕੇ ਸਟਾਰਟ ਹੁੰਦੇ ਸਭ ਬੰਦੂਕ ਬਣਵਾਈ ਹੋਈ ਸੀ ਵਿੱਚ ਇੱਕ ਕੁੱਕੜ ਬੰਬ ਰੱਖੋ ਐਂ ਕਰਕੇ ਚਲਾਓ ਅਤੇ ਮਿਸਾਈਲ ਵਾਲੀ ਪਨੀਰ ਸਾਰੀ ਲੜੀ ਜਿਹੜੀ ਮਿਸਾਈਲ ਕਰਦੇ ਸੀ ਉਹ ਵੱਡੀ ਵੱਡੀ ਪਾਈਪ ਜੀ ਰੈਡੀ ਕਰਾਈ ਹੋਈ ਸੀ ਸਪੈਸ਼ਲੀ ਅਤੇ ਉਹ ਹਰ ਸਾਲ ਦੀਵਾਲੀ ਦਾ ਕੱਢਣੀ ਉਸ 'ਚ ਬੜੇ ਪਟਾਕੇ ਚਲਾਏ ਦੋ ਹਫ਼ਤੇ ਪਹਿਲਾਂ ਕੱਢ ਲੈਣੇ ਜ਼ਰੂਰੀ ਸੀ ਅਤੇ ਵਧੀਆ ਸੀ ਯਾਰ ਉਹ ਸਿਸਟਮ ਨਾ ਮੈਂ ਸੋਚੀ ਦਾ ਨਾ ਮੈਨੂੰ ਅੱਗੇ ਸੋਚਦਾ ਨਾ ਮੈਂ ਵੀ ਛੋਟੀ ਦੀਵਾਲੀ ਮਨਾਉਣੀ ਪਹਿਲਾਂ ਇੱਕ ਦਿਨ ਪਹਿਲਾਂ ਵੀ ਪਟਾਕੇ ਮੈਨੂੰ ਯਾਦ ਹੈ ਇਹਨਾਂ ਦਿਨਾਂ 'ਚ ਪੇਪਰ ਵੀ ਚੱਲ ਰਹੇ ਹੁੰਦੇ ਸੀ ਠੀਕ ਹੈ ਅਤੇ ਉਦੋਂ ਇਹ ਹੁੰਦਾ ਸੀ ਵੀ ਮੰਮੀ ਹੋਣਾ ਮੰਮੀ ਮੈਂ ਨਾ ਕੱਲ੍ਹ ਤੱਕ ਸਾਰੀ ਪੜ੍ਹਾਈ ਕਰ ਦੂੰਗਾ ਅੱਜ ਛੋਟੀ ਦੀਵਾਲੀ ਹੈ ਕੱਲ੍ਹ ਨੂੰ ਵੱਡੀ ਦੀਵਾਲੀ ਹੈ ਸੋ ਅੱਜ ਮੈਂ ਦੋ ਦਿਨ ਪੂਰੇ ਪਟਾਕੇ ਚੱਲਣਾ ਪਹਿਲਾਂ ਪੜ੍ਹ ਕੇ ਬੈਗ ਪੈਕ ਕਰਕੇ ਬੈਗ ਹੀ ਸਾਈਡ 'ਤੇ ਰੱਖ ਦੇਣਾ ਵੀ ਨਾ ਬਈ ਉਹਨੇ ਨਹੀਂ ਪੜ੍ਹਨਾ ਮੁੰਡੇ ਹੁਣ ਮੈਂ ਆਪਦੇ ਪਟਾਕੇ ਚਲਾਉਂਦਾ ਅਤੇ ਉਹ ਇੰਨਾ ਪਿਆਰਾ ਟਾਈਮ ਸੀ ਨਾ ਮਤਲਬ ਅੱਗੇ ਯਾਦ ਹੁੰਦਾ ਵੀ ਜਿਵੇਂ ਰਿਸ਼ਤੇਦਾਰਾਂ ਨੇ ਘਰ ਆਉਣਾ ਹੈ ਨਾ ਬਈ ਦੀਵਾਲੀ ਲੈ ਕੇ ਫਿਰ ਇਹ ਹੁੰਦਾ ਕਿ ਅੱਛਾ ਕੀ ਗਿਫਟ ਆਇਆ ਪਹਿਲਾਂ ਇਹ ਦੇਖਿਆ ਪੈਸੇ ਬੜੇ ਮਿਲਦੇ ਹੁੰਦੇ ਸੀ ਜੀ ਮੈਂ ਤਾਂ ਲੁਕੋ ਦਿੰਦਾ ਹੁੰਦਾ ਸੀਗਾ ਮੈਂ ਯਾਦ ਵੀ ਮਾਸੀ ਹੋਰਾਂ ਨੇ ਆਉਣਾ ਅਤੇ ਬਸ ਫਿਰ ਅਸੀਂ ਇਹ ਦੇਖੀਦਾ ਵੀ ਅੱਛਾ ਮਾਸੀ ਹੋਰ ਕੀ ਜਦੋਂ ਮਾਸੀ ਹੋਰ ਨੇ ਗੇਟ 'ਤੇ ਬਸ ਪਹੁੰਚਣਾ ਓਕੇ ਬਾਏ ਬਾਏ ਹੋ ਰਹੀ ਹੈ ਗੇਟ ਦੇ ਉੱਤੇ ਅਸੀਂ ਤਾਂ ਚੁੱਪ ਪਹਿਲਾਂ ਜੋ ਖਾਣ ਲਈ ਪਿਆ ਪਹਿਲਾਂ ਕਿਉਂਕਿ ਕਿਉਂਕਿ ਉਦੋਂ ਕੀ ਹੁੰਦਾ ਨਵੀਆਂ ਚੀਜ਼ਾਂ ਬਹੁਤ ਹੁੰਦੀਆਂ ਘਰ ਖਾਣ ਪੀਣ ਲਈ ਠੀਕ ਹੈ ਅਤੇ ਕੀ ਹੁੰਦਾ ਸੀਗਾ ਕੋਈ ਇੱਦਾਂ ਜਿੱਦਾਂ ਕਾਜੂ ਹੋ ਗਏ ਠੀਕ ਹੈ ਕਾਜੂ ਤੁਹਾਨੂੰ ਪਤਾ ਰਿਸ਼ਤੇਦਾਰਾਂ ਵੇਲੇ ਆਉਂਦੇ ਕਾਜੂ ਕੱਢਣੇ ਉਦੋਂ ਐਂ ਚਲੋ ਬਈ ਨਾਲੇ ਕਾਜੂ 'ਚ ਕੁੱਕੜ ਬਾਮਣ ਮਸਾਲਾ ਲੱਗਿਆ ਹੁਣ ਸੱਜੇ ਮਸਾਲਿਆਂ ਨਾਲੇ ਖਾ ਖੂ ਚਾਹੀਦਾ ਉਦੋਂ ਉਦੋਂ ਕਿਹੜਾ ਕੋਵਿਡ ਹੋਇਆ ਸੀ ਉਦੋਂ ਕੋਈ ਹਾਈਜੀਨ ਨਾ ਹਾਈਜੀਨ ਉਹਨਾਂ ਕੋਈ ਏਡਾ ਚੱਕਰ ਹੀ ਅੱਜ ਕੱਲ੍ਹ ਬੱਚੇ ਯਾਰ ਅੱਜ ਕੱਲ੍ਹ ਤਾਂ ਲੋਕ ਫੋਨਾਂ 'ਚ ਬੜੇ ਹੋਏ ਸਹੀ ਨਹੀਂ ਕਿ ਐਸਾ ਮਸੀਹ ਗੱਲ ਦਾ ਅਸੀਂ ਵੀ ਹਾਂ ਅਸੀਂ ਵੀ ਫੋਨਾਂ 'ਚ ਬੜੇ ਹੋਏ ਹਾਂ ਬਟ ਥੋੜ੍ਹਾ ਇੰਜੋਏ ਅਸੀਂ ਵੀ ਕਰਦੇ ਹਾਂ ਅਸੀਂ ਇਹੀ ਯਾਰ ਉਹ ਇੰਡੀਆ ਦੀ ਦੀਵਾਲੀ ਤਾਂ ਸੱਚੀ ਬਹੁਤ ਜ਼ਿਆਦਾ ਆਉਂਦੀ ਹੈ ਮੈਨੂੰ ਯਾਦ ਹੈ ਮੈਂ ਟਿਊਸ਼ਨਾਂ ਉਸਦੇ ਜਦ ਮੈਨੂੰ ਇਹ ਹਮੇਸ਼ਾ ਚੱਕਰ ਪੈਂਦਾ ਟਿਊਸ਼ਨ ਦਾ ਹਮੇਸ਼ਾ ਹਰ ਸਾਲ ਸਾਰਾ ਟਿਊਸ਼ਨ ਦਾ ਚੱਕਰ ਤਾਂ ਪਿਆ ਹੀ ਪਿਆ ਟਿਊਸ਼ਨ ਵਾਲੀ ਮੈਡਮ ਕਹਿੰਦਾ ਮੈਡਮ ਬਸ ਉਸ ਹਿਸਾਬ ਲਾ ਲਿਆ ਘਰ ਜਾ ਕੇ ਪਟਾਕੇ ਚਲਾਉਣੇ ਹੱਥੋਂ ਤੁਹਾਨੂੰ ਮੈਂ ਚਲਵਾਉਂਦੀ ਹਾਂ ਪਟਾਕੇ ਪੜ੍ਹ ਲਓ ਪੇਪਰ ਆਈ ਜਾਂਦੇ ਯਾਰ ਉਹ ਤਾਂ ਬਹੁਤ ਘੈਂਟ ਸੀ ਅਸੀਂ ਟਿਊਸ਼ਨ ਦੇ ਪਟਾਕੇ ਚਲਾ ਦੇ ਟਿਊਸ਼ਨ ਚੜ੍ਹਾ ਤਾਂ ਸਕੂਲ 'ਚ ਵੀ ਚਲਾਇਆ ਬਾਈ ਸਕੂਲ 'ਚ ਬਾਥਰੂਮ 'ਚ ਬੜੇ ਚਲਾਇਆ ਲੋਕਾਂ ਬਈ ਯਾਰ ਹੁਣ ਜੇ ਆਪਣੇ ਕਿਸੇ ਸਕੂਲ ਦੇ ਟੀਚਰ ਨੇ ਉਹਨਾਂ ਪੋਡਕਾਸਟ ਦੇਖ ਲਓ ਬਹੁਤ ਜੁੱਤੀਆਂ ਇੰਡੀਆ ਗਏ ਤੇ ਅਸੀਂ ਤਾਂ ਬਚ ਜਾਵਾਂਗੇ ਜਿਹੜੇ ਪੜ੍ਹਦੇ ਪਏ ਉਹ ਅਸੀਂ ਇਹ ਚੀਜ਼ ਕੋਈ ਪ੍ਰਮੋਟ ਨਹੀਂ ਕਰ ਰਹੇ ਬਟ ਵਿਦਆਊਟ ਡਿਊ ਰਿਸਪੈਕਟ ਦੱਸ ਰਹੇ ਸੀ ਪਟਾਕੇ ਚਲਾਏ ਹਰ ਜਿਹੜੇ ਕਰਦੇ ਹਰ ਇੱਕ ਬੰਦੇ ਨੇ ਕੀਤਾ ਪ੍ਰਮੋਟ ਨਹੀਂ ਕਰ ਰਹੇ ਬਟ ਕੀ ਹੁੰਦਾ ਜਦੋਂ ਬਈ ਹੁਣ ਹਰ ਦਿਨੇ ਹਰਕਤਾਂ ਮਾਰਦਾ ਇੱਕ ਸਾਡੇ ਸਕੂਲ 'ਚ ਮਿਸ਼ਨ ਦੀਵਾਲੀ ਦੀ ਛੁੱਟੀਆਂ ਤੋਂ ਪਹਿਲਾਂ ਕਲਾਸ ਡੈਕੋਰੇਟ ਕਰਨ ਦਾ ਕੰਮ ਓਹੋ ਕੀ ਯਾਦ ਕਰਾਤਾ ਬਈ ਉਹ ਤਾਂ ਲਿਟਰਲੀ ਉਹ ਚੀਜ਼ ਨਾ ਸਭ ਤੋਂ ਘੈਂਟ ਮੰਨੀ ਜਾਂਦੇ ਸੀ ਸਾਰਿਆਂ ਨੇ ਪਹਿਲਾਂ ਕਲਾਸ 'ਚ ਰਹਿਣੀ ਕਰਨੀ ਠੀਕ ਹੈ ਜ਼ਿੰਦਗੀ 'ਚ ਕਦੇ ਕਲਾਸ 'ਚ ਨਹੀਂ ਵੜਿਆ ਹੋਵੇਗਾ ਬਟ ਉਸ ਦਿਨ ਤਾਂ ਸਾਰਾ ਦਿਨ ਕਲਾਸ 'ਚ ਰਹਿਣਾ ਹੁੰਦਾ ਸੀ ਉਹ ਵੀ ਨਾ ਇੱਦਾਂ ਹੁੰਦਾ ਸੀ ਏਕ ਪੀਰੀਅਡ ਲੱਗਦੇ ਨੇ ਜਿਵੇਂ ਆਪਣੇ ਸਕੂਲ ਏਕ ਪੀਰੀਅਡ ਲੱਗਦੇ ਸੀ ਫਿਫਥ ਪੀਰੀਅਡ ਤੋਂ ਬਾਅਦ ਵੱਡੀ ਬ੍ਰੇਕ ਹੁੰਦੀ ਸੀ ਅੱਧੇ ਘੰਟੇ ਦੀ ਹੈ ਨਾ
ਹੁਣ ਕੀ ਹੁੰਦਾ ਜਿਹੜੀ ਕਲਾਸ ਦੀ ਕੁੜੀਆਂ ਨਹੀਂ ਹੁੰਦੀ ਉਹ ਤਾਂ ਬਈ ਕੀ ਕਹਿੰਦੇ ਨੇ ਪੂਰਾ ਰੈਡੀ ਕਰਕੇ ਚਾਟ ਵਗੈਰਾ ਦੀਵਾਲੀ ਦੀਆਂ ਡੈਕੋਰੇਸ਼ਨ ਸਾਡੇ ਵਾਲੇ ਕਿਹੜੇ ਚਾਟ ਕਿਹੜੀ ਡੈਕੋਰੇਸ਼ਨ ਕੋਈ ਡੈਕੋਰੇਸ਼ਨ ਨਹੀਂ ਲੱਗ ਗਏ ਆਪਾਂ ਤਾਂ ਕਦੇ ਸਾਨੂੰ ਮੈਨੂੰ ਸਹੀ ਦੱਸਿਆ ਮੈਨੂੰ ਕੋਈ ਸ਼ੌਂਕ ਨਹੀਂ ਸੀ ਇਸ ਚੀਜ਼ ਦਾ ਠੀਕ ਹੈ ਬਟ ਹਾਂ ਮੈਂ ਇੰਜੋਏ ਕਰਦਾ ਜੀ ਦੇਖਣ 'ਤੇ ਸੋ ਮੈਨੂੰ ਯਾਦ ਹੈ ਫਿਫਥ ਪੀਰੀਅਡ ਤਾਂ ਕਲਾਸਾਂ ਲੱਗਣੀਆਂ ਫਿਰ ਨਾ ਉਸ ਕਲਾਸ ਦੀ ਕੁੜੀਆਂ ਨੇ ਸਾਰੀਆਂ ਨੇ ਪਲੈਨ ਬਣਾਉਣਾ ਹਮ ਨਾ ਸਾਰੀ ਨਾ ਬੈਕ ਸਾਈਡ 'ਤੇ ਰੱਖ ਦੇਂਗੇ ਐਸੇ ਕਰੇਂਗੇ ਐਸੇ ਕਰੇਂਗੇ ਸਾਰੇ ਬੈਕ ਸਾਈਡ ਤੇ ਕਰਕੇ ਝਾੜੂ ਪੋਚੇ ਚੱਲੀ ਜਾਂਦੇ ਨੇ ਵੀ ਜਨਤਾ ਘਰੋਂ ਝਾੜੂ ਲੈ ਕੇ ਆ ਰਹੀ ਹੈ ਮੈਂ ਕਿਹਾ ਯਾਰ ਏਡਾ ਵੀ ਕੋਈ ਕਰੇਜ਼ ਹੁੰਦਾ ਮੈਨੂੰ ਕੋਈ ਕਰੇਜ਼ ਨਹੀਂ ਸੀ ਵਿਦ ਮੈਂ ਸਾਫ਼ ਕਹਿੰਦਾ ਮੈਂ ਕਦੇ ਇੱਕ ਵਾਰ ਵੀ ਇਸ ਚੀਜ਼ ਕੋਈ ਹੱਥ ਨਹੀਂ ਵਟਾਇਆ ਕਿਸੇ ਦਾ ਮੇਰਾ ਸਿੰਪਲ ਕੰਮ ਹੁੰਦਾ ਸੀ ਮੈਂ ਉਦਣ ਜਾਂਦਾ ਸੀ ਖਾਲੀ ਬੈਗ ਲੈ ਕੇ ਇੱਕ ਰੋਟੀ ਦਾ ਡੱਬਾ ਲੈ ਕੇ ਸਕਦਾ ਸੀ ਇੱਕ ਮੈਂ ਰਫ ਕਾਪੀ ਲੈ ਕੇ ਸੀ ਜਿੱਦਾਂ ਸਾਰੀ ਟੀਚਰ ਨੇ ਜੋ ਪੜ੍ਹਾਇਆ ਉਹ ਅੱਬਾ ਤਾਂ ਉਹਦੇ ਟੀਚਰ ਵੀ ਕੁਛ ਹੁੰਦਾ ਪੜ੍ਹਾਉਂਦਾ ਹੀ ਨਹੀਂ ਸੀ ਸੋ ਕੀ ਕਰਨਾ ਉਹ ਲੈ ਕੇ ਜਾ ਕੇ ਬੈਗ 'ਚ ਸਾਈਡ 'ਤੇ ਰੱਖ ਦੇਣਾ ਆਪਣਾ ਤਾਂ ਉਹ ਸਕੂਲ ਬੈਗ ਹੈ ਠੀਕ ਹੈ ਛੋਟਾ ਬੈਗ ਲੈ ਦਿੰਦਾ ਸੀ ਉਦਣ ਅਤੇ ਬਸ ਫਿਰ ਜਦੋਂ ਡੈਕੋਰੇਸ਼ਨ ਸਟਾਰਟ ਹੋਣੀ ਆਪਾਂ 9-11 ਹੋ ਜਾਂਦੇ ਆਪਾਂ ਸਾਰੇ ਸਕੂਲ 'ਚ ਦੇਖਦੇ ਕਿਹੜੀ ਕਲਾਸ 'ਚ ਕੀ ਚੱਲੀ ਫਿਰ ਆ ਕੇ ਮੇਰਾ ਕੰਮ ਤਾਂ ਇਹ ਡਿਪਾਰਟਮੈਂਟ ਸੀ ਮੈਂ ਆਪਦੀ ਕਲਾਸ ਦੀ ਕੁੜੀਆਂ ਨੂੰ ਦੱਸ ਦਿੰਦਾ ਹੁੰਦਾ ਇਹ ਵਾਲੀ ਕਲਾਸ ਨਾ ਇੱਦਾਂ ਡੈਕੋਰੇਟ ਕਰਿਓ ਕਰ ਲਓ ਸਾਰੇ ਲੋਕ ਆਈਡੀਆਜ਼ ਲੋਕਾਂ ਨੂੰ ਚੋਰੀ ਕਰਕੇ ਦਿੱਤੇ ਨੇ ਅਤੇ ਸਾਲਾ ਅੱਜ ਤੱਕ ਇੱਕ ਵਾਰ ਵੀ ਮੇਰੀ ਕਲਾਸ ਕੰਪੀਟੀਸ਼ਨ ਕਦੇ ਵੀ ਨਹੀਂ ਜਿੱਤੀ ਇੱਕ ਵਾਰੀ ਆਈਡੀਆ ਚੋਰੀ ਕਰਕੇ ਲੈ ਕੇ ਆਏ ਇੱਕ ਵਾਰ ਵੀ ਸਾਡੀ ਕਲਾਸ ਦਿੱਤੀ ਸਾਡੇ ਨਾ ਨਾਲ 10th ਬੀ ਕਲਾਸ ਹੁੰਦੀ ਸੀ ਬੜੇ ਲੋਕ ਦੇਖ ਰਹੇ ਹੋਣਗੇ ਉਹਨਾਂ 'ਚ ਪੋਡਕਾਸਟ 'ਚ 10th ਬੀ ਕਲਾਸ 'ਚ ਨਾ ਕੁੜੀਆਂ ਬਹੁਤ ਜ਼ਿਆਦਾ ਡੈਕੋਰੇਸ਼ਨ ਕਰਦੀਆਂ ਸੀ ਹੱਦ ਨਾਲੋਂ ਜ਼ਿਆਦਾ ਉਹ ਕੁੜੀਆਂ ਬਹੁਤ ਦਿਮਾਗ ਲਾਉਂਦੀਆਂ ਸਾਡੇ ਵਾਲੀ ਲਿਆਈਆਂ ਸੀ ਲੰਘੀਆਂ ਮੇਰੇ ਨਾਲ ਹੀ ਮੇਰੇ ਨਾਲ ਦੀਆਂ ਵਾ ਅਤੇ ਅਸੀਂ ਵੀ ਇਹਨੇ ਹੁੰਦੇ ਸੀਗੇ ਯਾਰ ਉਦੋਂ ਕਿੰਨੀ ਅਕਲ ਹੁੰਦੀ ਹੈ ਠੀਕ ਹੈ ਉਹ ਕੁੜੀਆਂ ਸੀਗੀਆਂ ਆਰਟ ਐਂਡ ਕਰਾਫਟ ਵਾਂਗ ਉਹ ਬਾਈ ਉਹ 10th ਵੀ ਬਾਈ ਉਹਨਾਂ ਲਾਉਣੀ ਇੰਨਾ ਦਿਮਾਗ ਲਾ ਇੱਕ ਚਾਟ ਤੋਂ ਲੜੀਆਂ ਬਣਾ ਦਿੰਦੇ ਇੱਕ ਚਾਟ ਤੋਂ ਕੀ ਬਣਾ ਦੇਣਾ ਅਸੀਂ ਵੇਖਿਆ ਬਾਈ ਉਹ ਜੋੜਦੇ ਫਿਰ ਉਹ ਕੀ ਕਰਦੇ ਹੋ ਯਾਰ ਦੋ ਜਣੇ ਫਿਰ ਬਾਹਰ ਖੜ੍ਹ ਜਾਂਦੇ ਹੁੰਦੇ ਕਿਸੇ ਨੂੰ ਵੇਖਣ ਨਹੀਂ ਦਿੰਦੇ ਸੀ ਗੇਟ ਬੰਦ ਕਰ ਦਿੰਦੇ ਹੁੰਦੇ ਹਾਂ ਅਸੀਂ ਆਪਦੇ ਗੇਟ ਬੰਦ ਕਰ ਦਿੰਦੇ ਉਹਨਾਂ ਤੋਂ ਵੇਖ ਕੇ ਉਹਨਾਂ ਤੋਂ ਜਾਣ ਕੇ ਕੋਈ ਚੀਜ਼ ਲੈਣਗੇ ਪਹਿਲਾਂ ਤਾਂ ਲੜਾਈ ਹੋ ਜਾਂਦੀ ਸੀ ਅਸੀਂ ਨਹੀਂ ਚੀਜ਼ ਫੜਾਉਂਦੇ ਠੀਕ ਹੈ ਫਿਰ ਚੀਜ਼ ਲੈਂਦੇ ਬਹਾਨੇ ਅਸੀਂ ਦੇਖਦੇ ਫਿਰ ਇਹਨਾਂ ਨੂੰ ਆ ਕੇ ਦੱਸਦੇ ਫਿਰ ਵੀ ਨਹੀਂ ਅਸੀਂ ਜਿੱਤਦੇ ਸੀਗੇ ਫਿਰ ਵੀ ਲਾਈਕ ਸਾਡੇ ਨਾਲ ਦੇ ਆ ਅਸੀਂ ਸਾਡੇ ਕਲਾਸ ਦੀਆਂ ਕੁੜੀਆਂ ਸਾਡੇ ਕਲਾਸ ਦੇ ਮੁੰਡੇ ਅਸੀਂ ਫਿਰ ਵੀ ਨਹੀਂ ਕੁਛ ਕਰਦੇ ਸੀਗੇ ਹੋਰ ਸੁਣ ਲਾ ਮੈਂ ਇੱਕ ਵਾਰ ਵੀ ਹੋਰ ਗੱਲ ਦੱਸਦਾ ਉਸ ਤੋਂ ਬਾਅਦ ਸਾਡੇ ਪ੍ਰਿੰਸੀਪਲ ਨੇ ਸਾਰੀ ਕਲਾਸਿਸ ਨੇ ਰਾਊਂਡ ਲੈਣਾ ਹੁੰਦਾ ਸੀ ਮੈਂ ਗੱਲ ਕਰਨੀ ਇਹਦੇ ਬਾਰੇ ਇੰਨਾ ਪ੍ਰਿੰਸੀਪਲ ਨੇ ਰੱਬ ਲੈਣਾ ਉੱਥੇ ਤਾਂ ਬਾਈ ਜੱਦਾਂ ਰਿਬਨ ਕਟਾਰੀ ਜਿਵੇਂ ਵਿਆਹ ਠੀਕ ਹੈ ਅਤੇ ਨਾ ਉਹਨਾਂ ਨੇ ਰਿਬਨ ਕਟਾਉਣਾ ਹੋਵੇ ਜਿਵੇਂ ਚਲੋ ਇੱਕ ਵਾਰੀ ਰਿਬਨ ਕਟਾਉਣਾ ਜੱਤਾ ਬਾਈ ਕਾਜੂ ਪਤਲੀ ਤਾਂ ਡੱਬਾ ਲੈ ਕੇ ਆਈਆ ਮੇਰੀ ਕਲਾਸ ਦੀ ਕੁੜੀਆਂ ਠੀਕ ਹੈ ਯਾਰ ਉਹ ਅਸੀਂ ਕਾਜੂ ਪਤਲੀਆਂ ਖਾ ਲਈਆਂ ਬਾਅਦ ਡੱਬਾ ਲੱਪੀ ਜਾਂਦੀ ਆ ਕਲਾਸ 'ਚ ਕਾਜੂ ਪਤਲੀ ਕਿੱਥੇ ਗਈ ਉਸ ਤੋਂ ਬਾਅਦ ਫਿਰ ਕੰਟੀਨ ਤੋਂ ਜਾ ਕੇ ਚੌਕਲੇਟਾਂ ਨੱਬੇ ਪੈਕਟ ਲੈ ਕੇ ਮਿਠਾਈ ਵਾਲੀ ਗੱਲ 'ਚ ਕੱਢਦੇ ਉਹ ਤਾਂ ਆਉਂਦੀ ਨਹੀਂ ਸੀ ਸਾਡੀ ਕਲਾਸ ਨੇ ਠੀਕ ਹੈ ਕਿਉਂਕਿ ਸਾਰੀ ਤੁਹਾਨੂੰ ਅਸੀਂ ਗੰਦ ਪਾਉਣ ਵਾਲੇ ਸੀ ਜੇ ਸਾਡੀ ਗੇਟ ਹੈ ਨਾ ਗੇਟ ਗੇਟ ਦੇ ਬਾਹਰ ਰਿਬਨ ਲਾਉਂਦੇ ਸਾਡੇ ਕੋਲ ਟੇਪ ਨਹੀਂ ਕਦੇ ਹੁੰਦੀ ਸੀ ਰਿਬਨ ਲਾਉਣ ਕਦੇ ਨਹੀਂ ਜੁੜਕਿਆ ਰਿਬਨ ਦੋ ਮੁੰਡੇ ਪਾਸੇ ਖੜ੍ਹਦੇ ਹੁੰਦੇ ਸੀ ਇੱਕ ਪਾਸੇ ਜਿਹੜਾ ਖੜ੍ਹਦਾ ਹੁੰਦਾ ਦੂਜੇ ਪਾਸੇ ਦੂਜੇ ਅਤੇ ਅੱਜ ਤੱਕ ਮੈਂ ਸ਼ਰਤ ਲਾ ਕੇ ਕਹਿ ਦੇਣਾ ਅੱਜ ਤੱਕ ਕਦੇ ਪ੍ਰਿੰਸੀਪਲ ਸਾਡੀ ਕਲਾਸ ਤੱਕ ਆਇਆ ਕਿ ਪਹਿਲੇ ਰਾਊਂਡ ਮੌਕੇ ਦੱਸਦਾ ਸੀ ਟੀਚਰ ਬਹੁਤ ਦੱਸਦਾ ਇਹ ਮੈਂ ਆਪਣੇ ਦੋਸਤ ਦਾ ਨਾਮ ਮੈਨਸ਼ਨ ਕਰਨਾ ਚਾਹੁੰਦਾ ਉਹਨੂੰ ਸ਼ਾਇਦ ਇੰਸੀਡੈਂਟ ਯਾਦ ਗੰਸ ਪਰ ਕਰਿਸ਼ ਮੈਨੂੰ ਪਤਾ ਉਹਦੇ ਨਾਮ ਹੋਏਗਾ ਪਰ ਕਰਿਸ਼ ਮੈਂ ਤੇਰੇ ਨਾਲ ਲੈ ਰਿਹਾ ਬਾਬੇ ਸੋਰੀ ਬਚ ਨਹੀਂ ਇੱਕ ਵਾਰੀ ਨਾ ਕੀ ਹੋਇਆ ਇਹ ਜਿਹੜੇ ਦਿਨ ਡੈਕੋਰੇਸ਼ਨ ਹੁੰਦੀ ਹੈ ਉਦੋਂ ਦੀ ਗੱਲ ਹੈ ਪਰ ਕਸ਼ ਨਾ ਮੈਗੀ ਲੈ ਕੇ ਮੈਨੂੰ ਗੱਲ ਦੱਸੀ ਪਈ ਹੈ ਉਹ ਬੰਦੇ ਦੀ ਗੱਲ ਸੁਣ ਕੇ ਵੀ ਹੱਸ ਆਇਆ ਜਾਂਦਾ ਪਰ ਕਸ਼ ਨਾ ਮੈਗੀ ਲੈ ਕੇ ਆਇਆ ਇੱਕ ਵਾਰੀ ਅਤੇ ਹੁਣ ਯਾਰ ਆਪਾਂ ਜਦ ਫਰੈਸ਼ ਮੈਗੀ ਖਾਂਦੇ ਹਾਂ ਉਹ ਮੈਗੀ ਲੱਗੀ ਸਵਾਦ ਉਹ ਸਕੂਲ ਲੈ ਕੇ ਜਾਂਦੇ ਮੈਗੀ ਇੱਕ ਦੋ ਉਸ ਟਾਈਮ 'ਤੇ ਮੈਗੀ ਉਹ ਵੀ ਬੜੀ ਪ੍ਰੀਮੀਅਮ ਚੀਜ਼ ਹੁੰਦੀ ਸੀ ਉਹ ਵਿੱਚ ਚੋਵੇਂ 'ਚ ਪਾ ਕੇ ਚੱਕੋਦੇ ਆ ਸਾਰਾ ਡੱਬਾ ਹੀ ਬਾਹਰ ਆ ਜਾਂਦਾ ਡੱਬੇ ਦੀ ਸ਼ੇਪ 'ਚ ਆਉਂਦੀ ਸੀ ਆਪ ਹੀ ਜਾਇਆ ਬਣ ਜਾਂਦੀ ਮੈਗੀ ਦਾ ਹੈ ਨਾ ਪੂਰਾ ਫ੍ਰੀ ਪਰ ਕਸ਼ ਖਾਣ ਲੱਗਿਆ ਉਹ ਕਿਹੜਾ ਸਕੂਲ 'ਚ ਮਾਈਕਰੋ ਹੁੰਦਾ ਆਪਣੇ ਸਕੂਲ ਤੋਂ ਹੈ ਅਤੇ ਅੱਜ ਵੀ ਹੈ ਅਤੇ ਪਰਕਸ਼ ਨਾਲ ਮੈਗੀ ਖਾ ਲਗਾ ਪਰਕਸ਼ ਸਮਝ ਨਾ ਮੈਂ ਕਰਾਂਗੀ ਉਹਨੂੰ ਤਾਂ ਇਹ ਸੀ ਕਿ ਮੈਗੀ ਸਾਰੀ ਜੰਮ ਗਈ ਉਹਨਾਂ ਨੇ ਚੱਕ ਕੇ ਮੈਂ ਮੈਗੀ ਕੰਧ 'ਤੇ ਮਾਰੀ ਕਰਦੇ ਜੀ ਡੈਕੋਰੇਸ਼ਨ ਦੇ ਕੰਮ ਯਾਦ ਹੈ ਪਰਕਸ਼ ਦੀ ਹਰਕਤਾਂ ਬਹੁਤ ਯਾਦ ਹੁੰਦੀਆਂ ਬਾਬੇ ਆਈ ਮਿਸ ਯੂ ਮੈਨ ਤਾਂ ਯਾਰ ਬਹੁਤ ਲਾਈਕ ਬਹੁਤ ਹਰਕਤਾਂ ਮਾਰੀਏ ਇਹ ਚੀਜ਼ਾਂ ਨਹੀਂ ਕਦੇ ਭੁੱਲਦੇ ਹਾਂ ਬਾਕੀ ਬਾਕੀ ਅਸੀਂ ਕਹਿੰਦੇ ਇਹ ਹਰਕਤਾਂ ਨਾ ਕਰਿਆ ਜੇ ਬੁਰਾ ਹੀ ਅਤੇ ਸਾਰਾ ਕੁਝ ਦੱਸ ਕੇ ਨਾ ਕਰੇ ਲਾਸਟ ਈਅਰ ਆਈਡੀਆ ਲੈ ਸਕਦੇ ਲਾਸਟ ਈਅਰ ਮੈਂ ਦੀਵਾਲੀ 'ਤੇ ਇੰਡੀਆ ਹੀ ਸੀ ਅਤੇ ਅਸੀਂ ਇੱਕ ਹੋਰ ਕਾਰਾ ਕੀਤਾ ਸੀ ਜੋ ਮੈਂ ਡਿਸਕਲੋਜ਼ ਕਰ ਦਿੰਦਾ ਸਾਹਮਣੇ ਆਂਟੀ ਦਾ ਪੱਠਲ
ਸਾਡੇ ਸਾਹਮਣੇ ਟੀ ਜੇ ਬੱਠਲ ਹੈਗਾ ਸੀ, ਉਹ ਤੰਦੂਰ ਦੇ ਉੱਤੇ ਉਹਨਾਂ ਨੇ ਦਿੱਤਾ ਸੀ, ਅਸੀਂ ਉਹ ਬੱਠਲ ਦੇ ਥੱਲੇ ਰੱਸੀ ਬੰਬ ਚਲਾ ਦਿੱਤੇ, ਬੱਠਲ ਹੀ ਪਤਾ ਨਹੀਂ ਕਿੱਥੇ ਜਾ ਚੱਲਾ ਮੇਰੇ ਕਰਕੇ ਸਾਡੇ ਗੋਰਾ ਵੀ ਦੇਖ ਹੀ ਰਿਹਾ ਬਾਈ ਤੁਹਾਡਾ ਬੱਠਲ ਵੋਟ ਬਣ ਗਿਆ, ਸੋਰੀ ਬਾਈ ਯਾਰ ਤੁਹਾਡਾ ਬੱਠਲ ਨਾਲ ਘਪਲਾ ਕਰਤਾ ਸੀ ਉੱਤੇ ਜਦ ਤੂੰ ਦਰਵਾਜ਼ੇ ਬਣਾ ਕੇ ਗਿਆ ਉਸ ਤੋਂ ਬਾਅਦ ਸਾਡੇ ਜਦੋਂ ਪਟਾਕੇ ਬਚਾ ਲੈਂਦੇ ਹੁੰਦੇ ਆ ਅਸੀਂ ਪਟਾਕੇ ਬਚਾ ਲੈਂਦੇ ਸੀਗੇ, ਅਤੇ ਕਿਉਂਕਿ ਉਹ ਪਤਾ ਹੀ ਹੈ ਚਲਾਏ ਲੈਣੇ, ਅਤੇ ਮੈਂ ਨਾ ਬਾਲਟੀਆਂ ਲਿਆਇਆ ਸੀਗਾ ਪਿਛਲੀ ਵਾਰ, ਇਸ ਗਲੀ 'ਚ ਬਾਲਟੀਆਂ ਹੀ ਪਈਆਂ ਹੋਈ ਸਾਡੀ ਗਲੀ ਹੈਗੀ ਬੰਦ, ਤਾਂ ਉੱਥੇ ਬਾਲਟੀਆਂ ਬੂੜੀਆਂ ਪਈਆਂ ਰਹਿੰਦੀਆਂ ਸੀਗੀਆਂ ਡਸਟਬਿਨ ਦੇ ਤੌਰ 'ਤੇ, ਰੱਸੀ ਬੰਬ ਲਿਆ ਕੇ ਬਾਲਟੀ 'ਤੇ ਧਰਤਾ, ਉਹ ਬਾਲਟੀ ਦਾ ਬਾਲਟੀ ਦਾ ਬ੍ਰੈਂਡ ਨੇ ਪੁੱਛ ਮੈਂ ਆਤੜਾ ਹੀ ਲੱਭੀਆਂ ਬਾਲਟੀ ਦੀਆਂ ਮੁੜ ਕੇ ਬਾਈ, ਇੱਕ ਤਾਂ ਰੋਕਟ ਵਾਲੇ ਰੋਕਟ ਵਾਲੇ ਕਿਸੇ ਯਾਰ ਰੋਕਟ ਦਾ ਪੜੇ ਨਹੀਂ ਯਾਰ ਆ ਰਹੇ ਹੋਏ ਨੇ ਯਾਰ, ਇੱਕ ਵਾਰੀ ਨਾ ਕੀ ਅਸੀਂ ਅੱਜ ਤੁਹਾਨੂੰ ਦੱਸਦਾ ਅਵੀਂ ਤੈਨੂੰ 6 ਸਾਲ ਹੋ ਗਏ, 6 ਸਾਲ ਤੋਂ ਪਹਿਲਾਂ ਅਸੀਂ ਵੀ 3-4 ਸਾਲ ਅਸੀਂ ਰੋਕਟ ਲਿਆਏ ਬੰਦ ਕਰਕੇ ਬੰਦ ਕਰ, ਹੁਣ ਰੀਜ਼ਨ ਦੱਸਦੇ ਅਸੀਂ ਠੀਕ ਹੈ, ਇੱਕ ਵਾਰੀ ਕੀ ਹੋਇਆ ਅਸੀਂ ਰੋਕਟ ਚਲਾਇਆ, ਹੁਣ ਸਾਡੇ ਜਿਹੜੇ ਪੜੋਸ 'ਚ ਘਰ ਹੈ ਉਹਨਾਂ ਦੇ ਨਾ ਉੱਪਰੋਂ ਘਰ ਖੁੱਲ੍ਹਾ ਜੀ, ਉਹ ਰਹਿੰਦੇ ਨਹੀਂ ਹੁਣ, ਹੁਣ ਰਹਿੰਦੇ ਨਹੀਂ, ਤਾਂ ਅਸੀਂ ਰੋਕਟ ਚਲਾਇਆ ਉਹ ਸਾਡੀ ਘਰ ਦੇ ਅੱਗੋਂ ਹੀ ਚਲਾ, ਉੱਪਰੋਂ ਐਂ ਗਿਆ ਉਹਨਾਂ ਦੇ ਘਰ ਦਾ ਕਿ ਹੁਣ ਤਾਂ ਮੰਜੇ ਦੇ ਉੱਤੇ ਸੇਮ ਯੂ ਬਣ ਗਿਆ ਫਟ ਗਿਆ ਉੱਥੇ ਰੋਕਟ, ਜੇ ਰੋਕਟ ਤਾਂ ਕਿਸੇ ਮੈਂ ਦੱਸਦੀ ਕੋਈ ਅੰਕਲ ਦੇ ਕੁੜਤੇ ਪਜਾਮੇ 'ਚ ਨਿਕਲਿਆ ਸੀ, ਅਤੇ ਇੱਕ ਯਾਰ ਜਨਤਾ ਮੈਂ ਵੀ ਦੇਖਿਆ ਇੰਡੀਆ 'ਚ ਵੀ ਬਹੁਤ ਕਰਦੀ ਹੈ ਸੜਕ 'ਤੇ ਰੋਕਟ ਲਟਾ ਲਟਾ ਕੇ ਸਕਦੇ, ਬਾਈ ਇਹ ਕੰਮ ਨਾ ਕਰਿਆ ਕਰੋ ਕਦੇ, ਬਿਲਕੁਲ ਜਾਨਵਰ ਦੇ ਮੁੱਖ ਹੋ ਸਕਦਾ ਯਾਰ, ਖਾਲੀ ਸੜਕ ਤਾਂ ਬੰਦਾ ਕਰੇ ਯਾਰ, ਖਾਲੀ ਸੜਕ ਸਾਡਾ ਉੱਥੇ ਕੋਈ ਜਾਨਵਰ ਆ ਗਿਆ ਫਿਰ ਉਹਦੇ ਵਿਚਾਰ ਉਹਨਾਂ ਨੂੰ ਥੋੜ੍ਹੀ ਪਤਾ ਹੁੰਦਾ, ਲੈ ਲਓ ਮੈਨੂੰ ਲਟਾ ਕੇ ਚਲਾਇਓ, ਬੜਾ ਸੋਹਣਾ ਚੱਲਦਾ ਚਲਾ, ਇਹ ਵੀ ਚਲਾਇਆ ਹੋਇਆ, ਇਹ ਫਾਜ਼ਿਲਕਾ ਚਲਾਇਆ ਸੀ ਆਪਾਂ ਨਾ ਕੇਸ਼ਵ ਕੇਸ਼ਵ ਭਾਈ ਨੇ ਚਲਾਇਆ ਸੀ, ਉਹਨੇ ਵੀ ਯਾਦ ਹੈ ਯਾਰ, ਵਧੀਆ ਟਾਈਮ ਸੀ ਯਾਰ, ਉਹ ਵੀ ਸੀ ਤਿਉਹਾਰ ਨੇ ਨਾ ਜਿਹੜੇ ਉਹ ਇੰਡੀਆ 'ਚ ਹੀ ਮਨਾਏ ਜਾਂਦੇ ਨੇ, ਉਰੇ ਤਾਂ ਕੋਈ ਇੱਦਾਂ ਇੰਨੀ ਕੋਈ ਸੈਲੀਬ੍ਰੇਸ਼ਨ ਨਹੀਂ ਹੁੰਦੀ, ਸਾਨੂੰ ਦੁਸਹਿਰਾ ਅਲੱਗ ਹੋ ਗਿਆ, ਸਾਨੂੰ ਬਾਅਦ 'ਚ ਪਤਾ ਲੱਗਿਆ ਮੈਨੂੰ 2 ਦਾ ਫੋਨ ਆ ਗਿਆ ਤਾਂ ਦੁਸਹਿਰਾ ਸੀ, ਦੁਸਹਿਰਾ ਸੀ ਅੱਜ ਸਾਡੇ ਉਰੇ ਇੰਨਾ ਇੰਨਾ ਚੀਜ਼ਾਂ ਨੂੰ ਮਨਾਇਆ ਨਹੀਂ ਜਾਂਦਾ, ਉਰੇ ਕ੍ਰਿਸਮਸ ਅਤੇ ਨਿਊ ਈਅਰਸ ਜਿਹੜਾ ਉਹ ਵੀ ਯਾਰ ਉਹ ਬੋਰਿਆਂ 'ਚ ਬੋਰਿਆਂ 'ਤੇ ਤਿਉਹਾਰ ਨੇ, ਉਹ ਵੀ ਉਹਨਾਂ ਨੇ ਕਲੱਬਾਂ ਲੈ ਕੇ ਪਾਰਟੀਆਂ ਕਰਨੀਆਂ ਬਸ, ਉਹ ਆਪਾਂ ਕਰਦੇ ਨਹੀਂ ਆ, ਬਿਲਕੁਲ ਤਾਂ ਬਸ ਉਹੀ ਆ ਲਾਈਕ ਗੋਰੇ ਵੀ ਸਹੀ ਨੇ ਆਪਦੀ ਥਾਂ 'ਤੇ, ਉਹਨਾਂ ਦਾ ਕਲਚਰ ਇੱਦਾਂ ਹੈ ਆਪਣੀ ਇੱਦਾਂ ਕਲਚਰ, ਆਪਾਂ ਰਲ ਮਿਲ ਗਿਆ ਹਰ ਚੀਜ਼ ਕਰ ਰਲ ਮਿਲ ਕੇ ਇੱਥੇ ਪੂਜਾ ਵਗੈਰਾ ਪਾਠ ਪੂਠ ਕਰੀਦਾ, ਅਸੀਂ ਵੀ ਅੱਜ ਪਾਠ ਹੀ ਕਰ ਰਹੇ ਹਾਂ, ਇੱਦਾਂ ਨਹੀਂ ਹੈ ਮੀਨਸ ਆਪਾਂ ਆਪਣੇ ਕਲਚਰ ਨੂੰ ਨਹੀਂ, ਆਪਾਂ ਪਾਠ ਵੀ ਕਰਨਾ, ਫਿਰ ਮਾਸੀ ਵੀਰੇ ਘਰੇ ਵੀ ਜਾਣਾ, ਮਾਸੀ ਵੀਰੇ ਘਰੇ ਹੀ ਪਾਠ ਕਰਨਾ, ਅਸੀਂ ਨਵੇਂ ਤਵੀਰਾ ਸੰਯਮ ਵੀਰਾ ਉਹ ਤਾਂ ਆ ਗਿਆ, ਉਹ ਵੀ ਐਜ਼ ਅ ਗੈਸਟ ਅਸੀਂ ਬੁਲਾਵਾਂਗੇ ਬੰਦੇ, ਗੈਸਟ ਕੀ ਸਰ ਭਰਾ ਬਣ ਕੇ ਆਉਣਗੇ ਆਉਣਾ ਉਹਨਾਂ ਨੇ ਵੀ, ਫਿਰ ਇੱਕ ਪੋਡਕਾਸਟ ਮੈਂ ਸਹੀ ਹਾਂ ਮੇਰੇ ਨਾਲ ਮੈਂ ਤੇਰਾ ਮੈਕਸੀਕੋ ਦੇ ਟੂਰ ਦੇ ਰਿਗਾਰਡਿੰਗ ਅਸੀਂ ਪਲੈਨ ਕਰਨਾ ਨਾ, ਕਿਸ ਦਾ ਵਿਆਹ ਹੋ ਜਾਣਾ ਫਿਰ ਅਸੀਂ ਪੋਡਕਾਸਟ 'ਚ ਮੈਕਸੀਕੋ ਦੀ ਪਲੈਨਿੰਗ ਵੀ ਕਰਾਂਗੇ, ਮਹਿੰਗੀ ਪਲੈਨਿੰਗ ਹੋਣੀ ਹੈ, ਇੱਕ ਬਾਈ ਸਹੀ ਹਾਂ ਬਰੋ ਤੁਹਾਡੇ ਨਾਲ ਪੋਡਕਾਸਟ ਕਰਨਾ, ਸਿਰਫ ਆਪਾਂ ਤੁਹਾਨੂੰ ਆਵਾਂਗੇ ਜਿਹਦੇ ਨਾਲ ਮੈਕਸੀਕੋ ਦਾ ਟ੍ਰਿਪ ਪਲੈਨ ਕਰਨਾ, ਗੰਦੀਆਂ ਗੱਲਾਂ ਇਹ ਪਰਿਵਾਰਿਕ ਗੱਲਾਂ ਥੋੜ੍ਹੀ ਨੇ, ਪਰਿਵਾਰਿਕ ਆ ਕੇ ਤੁਹਾਨੂੰ ਨਹੀਂ ਕਰੀ ਜਾਂਦਾ, ਬਸ ਕੋਈ ਨਾ ਯਾਰ ਯਾਰ ਲੈ ਲਾ ਹੁਣ ਵਾਲੀ ਹਰਕਤ ਦੱਸਣਾ, ਅਸੀਂ ਬੜੇ ਅਜੇ ਕੰਮ ਕੀਤੇ ਆ, ਲੈ ਲਾ ਮੈਨੂੰ ਟਾਕੇ ਚਲਾ ਉਹਦਾ ਵੱਖਰਾ ਸਵਾਦ ਹੈ, ਚਲੋ ਸਿੱਧਾ ਤਾਂ ਹੁਣ ਡੂੰਘਰ ਜਿਹੜਾ ਲਟਾ ਕੇ ਬਾਈ ਮੈਨੂੰ ਬਾਅਦ 'ਚ ਪਤਾ ਲੱਗੂ ਘੁੰਮਦਾ ਹੀ ਜਾਂਦਾ, ਇੱਕ ਪਟਾਸ ਬਾਈ ਪਟਾਸ ਦੀਆਂ ਤਾਂ ਇੰਨੀਆਂ ਹਰਕਤਾਂ ਨਾ ਲਿਟਰਲ ਬਹੁਤ ਜ਼ਿਆਦਾ, ਮੈਂ ਤਾਂ ਪਹਿਲੀ ਵਾਰੀ ਪਟਾਸ ਚਲਾਈ ਮੈਨੂੰ ਨਾ ਪਤਾ ਨਹੀਂ ਚਲਾਈ ਦੀ ਕਿਵੇਂ ਆ, ਅਤੇ ਉਹੀ ਵਾਰ ਵੀ ਹਰਕਤ ਤੈਨੂੰ ਨਸੀਬਾ ਬਣੀ ਉਹਨਾਂ ਸਾਡੇ ਆਪਣੇ ਬੋਰ 'ਚ ਮੁੰਡਾ, ਅਤੇ ਪਟਾਸ ਨਾ ਚਲਾਉਣੀ ਸੀ ਉਹ ਸਾਡੀ ਗਲੀ ਦੇ ਨਾ ਘਰ ਦੇ ਬਸ ਥੜਾ ਬਣਿਆ ਵੀ ਜਿੱਦਾਂ ਆਪਾਂ ਬਹਿ ਜਾਂਦੇ ਹਾਂ, ਉਹ ਮੈਨੂੰ ਕਿਸੇ ਨੇ ਡਰਾਤਾ ਵੀ ਇੱਦਾਂ ਨਹੀਂ ਚਲਾਈ ਜਿੱਦਾਂ ਨਹੀਂ ਚਲਾਈ, ਮੈਂ ਥੜੇ 'ਤੇ ਖੜ ਕੇ ਪਟਾਸ ਚਲਾਈ ਸੀ ਪਹਿਲੇ, ਮੈਨੂੰ ਇੰਨਾ ਯਾਦ ਆ ਪਟਾਸ ਦਾ, ਪਟਾਸ ਯਾਰ ਪਟਾਸ ਯਾਰ ਬਹੁਤ ਜ਼ਿਆਦਾ ਰਿਸਕੀ ਕੰਮ ਦਾ, ਹੁਣ ਲੋਕਾਂ ਨੂੰ ਫਿਰ ਵੀ ਥੋੜ੍ਹਾ ਪਤਾ ਲੱਗਿਆ ਅੱਗੇ ਕੀ ਹੁੰਦਾ ਸੀਗਾ ਵੀ ਜੋ ਪਟਾਸ ਕੀ ਪਟਾਸ ਇੱਕ ਤਰ੍ਹਾਂ ਦਾ ਜਿਨ੍ਹਾਂ ਨੂੰ ਨਹੀਂ ਪਤਾ ਕਈਆਂ ਨੂੰ ਨਹੀਂ ਪਤਾ ਹੁੰਦਾ, ਪਟਾਸ ਇੱਕ ਇੱਦਾਂ ਸਰੀਆ ਜਿਹਾ ਹੁੰਦਾ ਜਾਂ ਹੱਥ 'ਚ ਫੜ ਕੇ ਚਲਾਉਣ ਵਾਲਾ ਹੁੰਦਾ, ਉਹਦੇ ਵਿੱਚ ਕੀ ਇਹਦਾ ਬਰੂਦ ਪੈਂਦਾ, ਅਤੇ ਜਿਹੜੀ ਸਾਈਡ ਤੋਂ ਬਰੂਦ ਪੈਂਦਾ ਨਾ ਉਹਨੂੰ ਹਮੇਸ਼ਾ ਆਪਦੇ ਵੱਲ ਨਹੀਂ ਕਰੀਦਾ, ਉਹਨੂੰ ਦੂਜੇ ਪਾਸੇ ਕਰੀਦਾ, ਮੀਨਸ ਜਦੋਂ ਵੱਜੇ ਤਾਂ ਤੁਹਾਡੇ ਪੈਰ 'ਤੇ, ਕਿਉਂਕਿ ਪਟਾਸ ਇੱਕ ਇੱਦਾਂ ਦਾ ਪਟਾਕਾ ਆ ਮੀਨਸ ਇੱਦਾਂ ਦਾ ਬੰਬ ਆ, ਉਹ ਤੁਹਾਡੀ ਲੱਤ ਸਾੜ ਦਿੰਦਾ ਜਦੋਂ ਤੁਸੀਂ ਵਜਾਇਆ, ਅਤੇ ਉਹ ਬਰੂਦ ਦੇ ਅਚਾਨਕ ਨਿਕਲੀਆਂ ਉਹ ਤੁਹਾਡੇ ਪੈਰ 'ਤੇ ਪਿਆ ਅਤੇ ਤੁਹਾਡਾ ਪੈਰ ਸਾੜ ਦੇਣਾ, ਬਹੁਤ ਰਿਸਕੀ ਮੰਨਿਆ ਜਾਂਦਾ, ਉਹਦਾ ਬਰੂਦ ਵੀ ਮਹਿੰਗਾ ਹੁੰਦਾ, ਮੇਰੀ ਦੋਸਤ ਦੇ ਮੁੰਡੇ ਨੇ ਨਾ ਮਜ਼ਾਕ ਮੈਂ ਨਾਂ ਨਹੀਂ ਲਾਉਂਗਾ ਬਾਈ ਦਾ, ਉਹਨੂੰ ਬਹੁਤ ਦੇਖ ਸ਼ਾਇਦ ਹੀ ਰਿਹਾ ਹੋਵੇ, ਉਹਨੇ ਘਰੇ ਮਜ਼ਾਕ ਮਜ਼ਾਕ 'ਚ ਕਰਿਆ ਗੁਗਲਾਈਜ਼ 'ਤੇ, ਉਹ ਕਹਿੰਦਾ ਲੈ ਪਟਾਸ ਪਈ ਹੈ ਦਿਵਾਲੀ ਦੀ ਬਚੀ ਹੋਈ ਫਾਈਨਲ ਪੇਪਰਾਂ 'ਚ ਬੋਰਡ ਦੇ, ਉਹਨੇ ਚੱਕ ਕੇ ਮਜ਼ਾਕ ਮਜ਼ਾਕ 'ਚ ਐਂ ਵਿਚਾਰਾ ਹੱਥੀ ਸੜ ਗਿਆ ਸੀ, ਇਹ ਇੱਦਾਂ ਮਿਲਦਾ ਆ, ਤਾਂ ਸੇਫ ਰਹਿ ਕੇ ਦਿਵਾਲੀ ਮਨਾਉਣ, ਅਸੀਂ ਇੱਦਾਂ ਨਹੀਂ ਕਹਿੰਦੇ ਮੀਨਸ
ਹੁਣ ਤਾਂ ਲੋਕਾਂ ਚੇਂਜ ਹੋ ਗਿਆ, ਬਾਕੀ ਕਹਿ ਰਹੇ ਜਿਵੇਂ ਬਈ ਪੜ੍ਹੇ ਲਿਖੇ ਹੋ ਗਏ ਨੇ ਲੋਕ, ਤਾਂ ਲੋਕ ਜਿਵੇਂ ਪਟਾਕੇ ਪਕਾਉਣ ਘੱਟ ਹੀ ਕਰ ਗਏ ਨੇ, ਕਹਿੰਦੀ ਤਾਂ ਪਟਾਕੇ ਬਹੁਤ ਚੱਲਦੇ ਸੀ, ਬਹੁਤ ਚੱਲਦੇ ਸੀ। ਮੈਨੂੰ ਯਾਦ ਆ ਜਦੋਂ ਛੋਟੇ ਹੁੰਦੇ ਸੀ ਆਪਾਂ 8 ਵਜੇ 7 ਵਜੇ ਲੱਗਦੀ ਦਾ ਸੀ, ਤਾਂ ਪਰ 12-1 ਵਜੇ ਤੱਕ ਆਰਾਮ ਨਾਲ ਪਟਾਕੇ ਚੱਲਦੇ, ਤਾਂ ਆਪਣੇ ਫਿਰ ਪਟਾਕੇ ਬਚੇ ਫਿਰਦੇ ਅਗਲੇ 2 ਦਿਨ ਨੂੰ ਰੱਖਦੇ। ਬਸ ਜਦੋਂ ਆਪਾਂ ਮੈਨੂੰ ਯਾਦ ਫਾਜ਼ਿਲਕਾ ਜਾਂਦੇ ਹੁੰਦੇ ਸੀ ਨਾਨਕੇ ਪਟਾਕੇ ਚਲਾਉਣ ਲਈ, ਪਹਿਲਾਂ ਬਾਅਦ 'ਚ ਜਾਂਦੇ ਹੁੰਦੇ ਸੀਗੇ ਪਟਾਕੇ ਲੈ ਕੇ, ਹਾਂ ਪਟਾਕੇ ਉੱਥੇ ਚਲਾਈਦੇ ਸੀ, ਅਤੇ ਉਹ ਇੰਨੇ ਕੁ ਪਟਾਕੇ ਹੁੰਦੇ ਸੀ ਨਾ, ਉਹ 2-3 ਦਿਨ ਤੱਕ ਅਗਲੇ ਹੋਰ ਚੱਲਦੇ। ਹੁਣ ਅੱਜ ਦੀ ਡੇਟ 'ਚ ਮੈਂ ਲਾਸਟ ਈਅਰ ਇੰਡੀਆ ਦੀਵਾਲੀ ਦੇਖੀ ਹੈ, ਲੋਕਾਂ ਨੇ 11 ਵਜੇ ਤੋਂ ਬਾਅਦ ਉਹਨਾਂ ਕੋਈ ਵਿਰਲਾ ਵਿਰਲਾ ਪਟਾਕਾ ਸੁਣਦੇ ਵੀ, ਅਸੀਂ ਮਤਲਬ ਲੋਕ 10 ਵਜੇ ਤੱਕ ਘਰ ਚੱਲ ਗਏ, ਤਾਂ ਆਪਾਂ 12 ਵਜੇ ਘਰੇ ਧੱਕੇ ਨਾਲ ਜਾਂਦੇ ਸੀ, 7-12 ਦਿਨ ਅਸੀਂ ਚਲਾਉਂਦੇ ਮੋਸਟਲੀ ਘਰੇ ਸੀ, ਜਾਂ ਕਦੇ ਕਦੇ ਹੋਇਆ ਦੋ ਕੁ ਦਵਾਈਆਂ ਜਿਹੜੀਆਂ ਮੈਂ ਬਾਹਰ ਘੁੰਮ ਕੇ ਬਣਾਈਆਂ, ਮੈਂ ਨਹੀਂ ਉਹ ਮਤ ਕਦੇ ਬਣਾਈ, ਅਤੇ ਉਹ ਸਵਾਦ ਵੀ ਵੱਖਰਾ ਆ। ਤੂੰ ਮਨਾਈ ਹੈ ਮੇਰੇ ਨਾਲ ਬੜੀ ਵਾਰ ਮਨਾਈ ਹੈ, ਆਪਾਂ ਏਦਾਂ ਨਹੀਂ ਸੀ ਸਾਰੀ ਸਾਰੀ ਦੀਵਾਲੀ ਬਾਹਰ ਆਉਣਾ, ਜਿੱਦਾਂ ਹੁਣ 7-10 ਘਰੇ ਬਣਾ ਲਏ, ਠੀਕ ਹੈ 10 ਵਜੇ ਤੋਂ ਬਾਅਦ ਮੰਮਾ ਘਰੇ ਤਾਂ ਬੰਦ ਕਰ ਦੇਣੀ ਦੀਵਾਲੀ, ਫਿਰ ਅਸੀਂ ਜਾਣਾ ਬਾਹਰ। ਇੱਕ ਦੀ ਜੇ ਮੈਨੂੰ ਯਾਦ ਨਹੀਂ ਹੈ, ਇੱਕ ਵਾਰੀ ਇਹ ਕੀ ਹੋਇਆ ਸੀਗਾ, ਕਿਸੇ ਦੇ ਸੋਹਣੀ ਜਿਹੀ ਕੋਠੀ ਵੜੀ ਸੀ, ਅਸੀਂ ਉਹਦੇ ਸਾਹਮਣੇ ਰੱਸੀ ਬੰਬ ਰੱਖਣ ਗਏ, ਉਹ ਬੰਦਾ ਸੀਗਾ ਥੋੜ੍ਹਾ ਲੜਾਈਆਂ ਵਾਲਾ, ਸ਼ਹਿਰ 'ਚ ਕੀ ਕਹਿੰਦੇ ਆ ਉਹ, ਥੋੜ੍ਹਾ ਨਾਮ ਸੀ ਉਹਦੇ ਉਹਦੇ ਘਰ ਸਾਹਮਣੇ, ਉੱਤੋਂ ਆ ਗਿਆ ਕਹਿੰਦਾ ਕੌਣ ਆ, ਫਿਰ ਇਹ ਕਰਕੇ ਥੋੜ੍ਹ ਕੀਤੀ ਸੀ, ਉਹ ਦੱਸਣ ਨਹੀਂ, ਉਹ ਸੂਤਲੀ ਬੰਬ ਰੱਖ ਕੇ ਆ ਗਿਆ ਸੀਗਾ। ਸੋ ਬਾਕੀ ਇਹੀ ਸੀ ਸਾਡਾ ਅੱਜ ਦਾ ਪੋਡਕਾਸਟ, ਪਿਆਰ ਨੂੰ ਲੈ ਕੇ ਅਤੇ ਜ਼ਿੰਦਗੀ ਦੇ ਅਤੇ ਸਵਾਦ ਲੈਂਦੇ ਰਹੋ, ਨਜ਼ਾਰੇ ਲਿਆ ਕਰੋ, ਇੱਕ ਜ਼ਿੰਦਗੀ ਹੈ, ਵਧੀਆ ਖੁਸ਼ ਰਿਹਾ ਕਰੋ, ਜ਼ਿੰਦਾਬਾਦ ਰਿਹਾ ਕਰੋ, ਆਬਾਦ ਰਿਹਾ ਕਰੋ, ਅਤੇ ਆਪਦੇ ਮਾਪਿਆਂ ਨੂੰ ਨਾਲ ਰਹੋ, ਇੱਜ਼ਤ ਕਰੋ, ਉਹਨਾਂ ਦਾ ਖਿਆਲ ਰੱਖੋ। ਬਾਕੀ ਇੱਦਾਂ ਹੀ ਪੋਡਕਾਸਟ ਆਉਂਦੇ ਰਹਿਣਗੇ, ਅੱਜ ਛੋਟਾ ਜਿਹਾ ਪੋਡਕਾਸਟ ਬਣਾਇਆ, ਵਧੀਆ ਸੀ ਪਰ ਇੰਜੋਇਮੈਂਟ ਹੋ ਜਾਵੇ ਤੁਹਾਡਾ, ਅਸੀਂ ਇੱਦਾਂ ਹੀ ਪੋਡਕਾਸਟ ਲਿਆਉਂਦੇ ਰਹਾਂਗੇ, ਅਤੇ ਘੈਂਟ ਘੈਂਟ ਇੱਦਾਂ ਹੀ ਹਾਸੇ ਗਏ ਗੱਲਾਂ, ਇੱਦਾਂ ਹੀ ਸੀਰੀਅਸ ਗੱਲਾਂ ਵੀ ਆਉਣਗੀਆਂ, ਸਾਡੇ ਸਟੂਡੈਂਟਸ ਵੀ ਆਉਣਗੇ, ਬਾਈ ਵੀ ਆਉਣਗੇ, ਸਾਡੇ ਬਹੁਤ ਜਣੇ ਆਉਣਗੇ ਜਿਹੜੇ ਤੁਸੀਂ ਦੇਖੋਗੇ ਹਲੇ ਸਾਡੇ ਪੋਡਕਾਸਟ 'ਚ। ਬਾਕੀ ਕੋਈ ਗਲਤੀ ਲੱਗੇ ਤਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਜੇ ਵਧੀਆ ਲੱਗਿਆ ਕਮੈਂਟਾਂ 'ਚ ਵੀ ਦੱਸ ਦਿਓ, ਰੀਮਾ ਵੀ ਦੇ ਦਿਓ, pulkit.arora7 ਮੇਰੀ ਇੰਸਟਾਗ੍ਰਾਮ ਦੀ ਆਈਡੀ ਹੈ, ਤੁਸੀਂ ਉੱਥੇ ਮੈਸੇਜ ਕਰ ਸਕਦੇ ਹੋ, ਅਗਰ ਕੋਈ ਗੱਲਬਾਤ ਕਰਨਾ ਚਾਹੁੰਦਾ ਪੋਡਕਾਸਟ 'ਤੇ ਆ ਕੇ ਔਨਲਾਈਨ ਮਿਲ ਕੇ, ਤਾਂ ਕੋਈ ਚੱਕਰ ਹੀ ਨਹੀਂ, ਆਪਾਂ ਹਮੇਸ਼ਾ ਤੁਸੀਂ ਕਦੇ ਵੀ ਆ ਸਕਦੇ ਹੋ। ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ, ਗੱਲਾਂ 'ਤੇ ਨਹੀਂ ਮੁੱਕਰੀਆਂ ਸੀ ਦੀਵਾਲੀ 'ਤੇ, ਬਾਕੀ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਾਰ, ਧੰਨਵਾਦ, ਚਲੋ।